ਅੱਜ ਦੇ ਸਮੇਂ ਵਿੱਚ ਕਈ ਲੋਕ ਅਜਿਹੇ ਹਨ ਜੋ ਠੱਗੀਆਂ ਮਾਰ ਕੇ ਆਪਣਾ ਘਰ ਚਲਾਉਂਦੇ ਹਨ। ਅਜਿਹੇ ਲੁਟੇਰੇ ਪਿੰਡਾਂ ਵਿੱਚ ਜਾ ਕੇ ਭੋਲੇ ਭਾਲੇ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਗੁੰਮਰਾਹ ਕਰਦੇ ਹਨ ਅਤੇ ਫਿਰ ਉਹਨਾਂ ਦੀ ਆਰਥਿਕ ਤੌਰ 'ਤੇ ਲੁੱਟ ਦਾ ਕਾਰਨ ਬਣਦੇ ਹਨ, ਜਿਸ ਦੀ ਤਾਜ਼ੀ ਮਿਸਾਲ ਪਿੰਡ ਬਖਸ਼ੀਵਾਲਾ ਵਿਖੇ ਦੇਖਣ ਨੂੰ ਮਿਲੀ। ਪਿੰਡ ਦੀ ਧਰਮਸ਼ਾਲਾ ਵਿੱਚ ਕੁਝ ਵਿਅਕਤੀਆਂ ਦੇ ਇੱਕ ਟੋਲੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਅਧੀਨ ਘਰ ਬਣਾਉਣ ਲਈ 2.5 ਲੱਖ ਰੁਪਏ ਦਿਵਾਉਣ ਦੀ ਗੱਲ ਕਰਦੇ ਹੋਏ ਲੋਕਾਂ ਨੂੰ ਆਪਣੇ ਚੁੰਗਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਪਿੰਡ ਦੇ ਕੁਝ ਵਿਅਕਤੀਆਂ ਨੂੰ ਸ਼ੱਕ ਹੋਇਆ ਅਤੇ ਇਸ ਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਥਾਣਾ ਬਰੇਟਾ ਵਿਖੇ ਕੀਤੀ। ਬਰੇਟਾ ਪੁਲਿਸ ਕਾਰਵਾਈ ਕਰਦੇ ASI ਭਗਵਾਨ ਸਿੰਘ ਦੀ ਅਗਵਾਈ ਵਿੱਚ ਟੀਮ ਪਿੰਡ ਬਖਸ਼ੀਵਾਲਾ ਵਿਖੇ ਪਹੁੰਚੀ ਅਤੇ ਇਹਨਾਂ ਵਿਅਕਤੀਆਂ ਦੀ ਜਾਂਚ ਉਪਰੰਤ ਮੌਕੇ ਤੇ ਕਾਬੂ ਕੀਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਘਰਾਂ ਦੇ ਕਹਿੰਦੇ ਸੀ ਜਿਹਦੀ ਆਮਦਨ 3 ਲੱਖ ਤੋਂ ਘੱਟ ਹੈ, ਚਾਹੇ ਰਮਦਾਸ ਹੀ ਆ, ਚਾਹੇ ਮਜ਼ਹਬੀ ਸਿੱਖ ਆ, ਚਾਹੇ ਜ਼ਿਮੀਂਦਾਰ ਆ, ਉਹਨਾਂ ਨੂੰ 2.5-2.5 ਲੱਖ ਰੁਪਇਆ ਅਸੀਂ ਘਰਾਂ ਦੇ ਪੈਸੇ ਦਵਾਵਾਂਗੇ। ਸਾਨੂੰ ਉਹ ਕਹਿੰਦੇ, ਅਸੀਂ ਕਿਹਾ ਵੀ ਤੁਹਾਡੇ ਕੋਲ ਕੀ ਪਰੂਫ ਆ? ਉਹਨਾਂ ਨੇ ਸਾਨੂੰ ਕਿਹਾ ਵੀ ਮੋਦੀ ਸਾਹਿਬ ਨੇ ਸਾਨੂੰ ਭੇਜਿਆ ਦਿੱਲੀ ਤੋਂ, ਅਤੇ ਮੇਰੇ ਕੋਲ ਸਾਰਾ ਪਰੂਫ ਆ, ਮੇਰੇ ਕੋਲ ਸਾਰਾ ਕੁਛ ਹੈਗਾ। ਤਾਂ ਉਹਨਾਂ ਨੇ ਸਪੀਕਰ ਦੇ ਵਿੱਚ ਬੁਲਾਇਆ ਅਤੇ ਸਪੀਕਰ ਦੇ ਵਿੱਚ ਬੁਲਾ ਕੇ ਲੋਕਾਂ ਦਾ ਇਕੱਠ ਹੋ ਗਿਆ। ਲੋਕਾਂ ਤੋਂ ਇੱਕ ਆਧਾਰ ਕਾਰਡ ਦੀ ਫੋਟੋ ਖੇਡ ਲਈ ਗਏ, ਇੱਕ ਖਾਤਾ ਲਈ ਗਏ, ਇੱਕ ਫੋਟੋ ਲੈ ਲਈ। ਫਾਰਮ ਉਹਨਾਂ ਨੇ ਕੋਈ ਨਹੀਂ ਭਰਿਆ, ਉਸੇ 'ਤੇ ਨੰਬਰ ਲਿਖ ਕੇ, ਨਾਂ ਲਿਖ ਕੇ ਕਹਿੰਦੇ ਅਸੀਂ ਔਨਲਾਈਨ ਲਈ ਗਏ ਅਤੇ ਆਧਾਰ ਕਾਰਡ ਦੀ ਫੋਟੋ ਡੇਟ ਅਤੇ ਬੈਂਕ ਖਾਤੇ ਦੀ ਕਾਪੀ, ਅਤੇ ਉਹਨਾਂ ਪੱਲੇ ਫਾਰਮ ਕੋਈ ਲਾਇਆ ਨਹੀਂ। ਫਿਰ ਲੋਕਾਂ ਨੂੰ ਤਾਂ ਸ਼ੱਕ ਪੈ ਗਈ ਵੀ ਜਦੋਂ ਕੋਈ ਫਾਰਮ ਤਾਂ ਲੈਂਦੇ ਨਹੀਂ, ਵੀ ਇਹ 30 ਰੁਪਏ ਕਿਉਂ ਲੈਂਦੇ ਨੇ। ਫਿਰ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਨੇ ਕਾਰਵਾਈ ਕਰਕੇ ਪੁਲਿਸ ਦੇ ਅਸੀਂ ਹਵਾਲੇ ਕੀਤਾ। ਪਿੰਡ ਬਖਸ਼ੀਵਾਲਾ ਦੇ ਵਿੱਚ 30-30 ਰੁਪਏ ਭਰ ਕੇ ਲੋਕਾਂ ਦੇ ਅਤੇ ਆਧਾਰ ਕਾਰਡ ਅਤੇ ਬੈਂਕਿੰਗ ਡਿਟੇਲ ਕਰ ਲੈਂਦਾ ਅਤੇ ਲੋਕਾਂ ਨੂੰ ਭਰੋਸਾ ਦਿੰਦਾ ਕਿ ਮੈਂ ਤੁਹਾਨੂੰ 2-2.5 ਲੱਖ ਰੁਪਏ ਤੁਹਾਡੇ ਅਕਾਊਂਟ ਖਾਤੇ 'ਚ ਆ ਜਾਊਗਾ। ਇਸ ਕਰਕੇ ਲੋਕਾਂ ਨੂੰ ਉਹ ਠੱਗੀ ਮਾਰਦਾ ਸੀ। ਅਤੇ ਇਹਦਾ ਪਰਚਾ ਜੋ ਹੈ ਸੀ ਮੁਕੱਦਮਾ ਨੰਬਰ 30-9-4। ਉਹਨਾਂ ਕੋਲ ਕੋਈ ਉਹਨਾਂ ਕੋਲ ਕੋਈ ਅਥਾਰਟੀ ਵਗੈਰਾ ਹੈਗੀ ਸੀ ਜੋ ਵੀ ਪੈਸੇ ਭਰਨ ਦੀ ਗ੍ਰਿਫਤਾਰੀ ਕਰ ਲਈ ਉਹਨਾਂ ਕੋਲ? ਉਹਨਾਂ ਕੋਲ ਜੇਕਰ ਜਲ ਡਾਕੂਮੈਂਟ ਜਿਹੜੀ ਵਿੱਦ ਨੇ ਉਹ ਅਸੀਂ ਇਹ ਵੈਲਿਊ ਕਰਦਾ ਵੀ ਕਿਹੜੇ ਕਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਹੋਣਗੇ। ਅਤੇ ਅਥਾਰਟੀ ਲੈਟਰ ਤਾਂ ਉਹਨਾਂ ਕੋਲ ਕੋਈ ਵੀ ਮਨਜ਼ੂਰੀ ਬਾਅਦ ਤਾਂ ਕੋਈ ਨਹੀਂ ਵੀ ਉਹਨਾਂ ਕੋਲ ਕੋਈ ਹੋਵੇ ਵੀ ਜੀ ਇਹਨਾਂ ਦੇ ਆਧਾਰ ਕਾਰਡ ਦੇ ਫੋਟੋ ਕਾਪੀ ਜਾਂ ਬੈਂਕ ਅਕਾਊਂਟ ਦੇ ਫੋਟੋ ਕਾਪੀ ਗ੍ਰਿਫਤਾਰੀ ਕੀਤੀ ਹੈ, ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਕੋਲ ਆਪਦੇ ਆਧਾਰ ਕਾਰਡ ਹੈਗੇ ਸੀ? ਆਪਦੇ ਆਧਾਰ ਕਾਰਡ ਹਜੇ ਤੱਕ ਤਾਂ ਕੋਈ ਨਹੀਂ ਮਿਲਿਆ, ਹਜੇ ਤੱਕ ਤਾਂ ਦੇਖ ਰਿਹਾ ਪੁੱਛਗਿੱਛ ਕਰ ਰਿਹਾ ਸਾਹਮਣੇ ਆਈ ਉਹ ਆਪਾਂ